ਤੁਹਾਨੂੰ ਪਤਾ ਜਦੋਂ ਦਰਦ 84 ਦੀ ਗੱਲ ਕੀਤੀ ਜਾਂਦੀ ਹੈ ਤੇ ਕਿਤੇ ਨਾ ਕਿਤੇ ਉਹ ਚੀਕਾਂ ਸਾਡੇ ਕੰਨਾਂ ਦੇ ਵਿੱਚ ਸੁਣਦੀਆਂ ਨੇ ਜੋ ਬੜੇ ਛੋਟੇ ਛੋਟੇ ਬੱਚਿਆਂ ਦੀਆਂ ਸਨ ਉਹ ਭਾਵੇਂ ਦਰਬਾਰ ਸਾਹਿਬ ਦੀਆਂ ਸਨ ਤੇ ਭਾਵੇਂ ਦਿੱਲੀ ਦੀ ਧਰਤੀ ਦੀਆਂ ਸਨ ਭਾਵੇਂ ਕਾਨਪੁਰ ਭਾਵੇਂ ਬਕਾਰੋ ਭਾਵੇਂ ਐਨੀ ਕਿਸੇ ਵੀ ਸਥਾਨ ਦੀਆਂ ਸਨ ਕਿਤੇ ਨਾ ਕਿਤੇ ਉਹ ਚੀਕਾਂ ਸਾਨੂੰ ਅੱਜ ਵੀ ਤਕਲੀਫ ਦਿੰਦੀਆਂ ਨੇ ਕਿਉਂਕਿ ਉਹਨਾਂ ਚੀਕਾਂ ਦੇ ਪਿੱਛੇ ਬੜੀ ਵੱਡੀ ਇੱਕ ਦਾਸਤਾਨ ਲੁਕੀ ਹੋਈ ਹੈ ਦਰਦ ਨਹੀਂ ਇਹ ਚੀਸ ਓਕੇ ਚੀਸ ਜਿਹੜੀ ਉਹ ਐਕਸਪ੍ਰੈਸ ਨਹੀਂ ਕੀਤੀ ਜਾ ਸਕਦੀ ਓਕੇ ਸ਼ਬਦਾਂ ਵਿੱਚ ਨਹੀਂ ਲਿਆਂਦੀ ਜਾ ਸਕਦੀ ਉਹ ਇੱਕ ਦਰਦ ਦੀ ਐਕਸਪ੍ਰੈਸ਼ਨ ਔਰ ਉਹ ਐਸਾ ਐਕਸਪ੍ਰੈਸ਼ਨ ਆ ਜਿਹਨੂੰ ਬੰਦਾ ਮਹਿਸੂਸ ਹੀ ਕਰ ਸਕਦਾ ਜਿਹਨੂੰ ਬੰਦਾ ਮਤਲਬ ਆਪਣੇ ਉੱਤੇ ਜਦੋਂ ਬੀਤਦੀ ਹੈ ਤਾਂ ਉਸਦਾ ਅਹਿਸਾਸ ਉਸ ਵੇਲੇ ਉਸਨੂੰ ਹੁੰਦਾ ਦੂਸਰੇ ਦੇ ਦੱਸਿਆ ਤੋਂ ਹੋਇਆ ਹੁੰਦਾ ਨਹੀਂ ਐਡੀ ਵੱਡੀ ਤਕਲੀਫ ਹੁੰਦੀ ਹੈ ਤੁਸੀਂ ਦੱਸਿਆ ਵੀ ਇਹ ਸੱਟ ਅਸੀਂ ਇਕੱਲੀ 84 ਵੇਲੇ ਨਹੀਂ ਖਾਧੀ 47 ਤੋਂ ਸੱਟਾਂ ਖਾ ਰਹੇ ਹਾਂ 47 ਅਸੀਂ ਦੇ ਵਿੱਚ ਵੀ ਸੱਟਾਂ ਖਾਧੀ ਉਦੋਂ ਵੀ ਲੀਡਰ ਹੁੰਦਿਆਂ ਹੋਇਆ ਵੀ ਲੀਡਰਲੈਸ ਸੀ ਕੌਮ ਤੇ ਹੁਣ ਵੀ ਅਸੀਂ 2019 ਦੇ ਵਿੱਚ ਵੀ ਹਾਲਾਤ ਹੋ ਗਏ ਨੇ ਫਿਸ਼ ਕਲਚਰ ਆ ਵੱਡੀ ਮੱਛੀ ਨੇ ਛੋਟੀ ਮੱਛੀ ਨੂੰ ਖਾ ਕੇ ਜਾ ਬਿਲਕੁਲ ਤੋ ਇਸ ਕਰਕੇ ਹਿੰਦੂ ਵੱਡੀ ਮੱਛੀ ਆ ਆ ਛੋਟੀਆਂ ਛੋਟੀਆਂ ਮੱਛੀਆਂ ਮੁਸਲਮਾਨ ਆ ਸਿੱਖ ਆ ਈਸਾਈ ਆ ਬੋਧੀ ਆ ਜੈਨੀ ਆ ਮਿੱਠੇ ਆ ਦਲਿਤ ਵਰਗ ਆ ਇਹਨੂੰ ਖਤਮ ਕਰ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ ਦਰਸ਼ਕੋ ਤੁਹਾਡੇ ਪਸੰਦੀਦਾ ਪ੍ਰੋਗਰਾਮ ਦਰਦ 84 ਦੇ ਤੁਹਾਨੂੰ ਪਤਾ ਜਦੋਂ ਦਰਦ 84 ਦੀ ਗੱਲ ਕੀਤੀ ਜਾਂਦੀ ਹੈ ਤੇ ਕਿਤੇ ਨਾ ਕਿਤੇ ਉਹ ਚੀਕਾਂ ਸਾਡੇ ਕੰਨਾਂ ਦੇ ਵਿੱਚ ਸੁਣਦੀਆਂ ਨੇ ਜੋ ਬੜੇ ਛੋਟੇ ਛੋਟੇ ਬੱਚਿਆਂ ਦੀਆਂ ਸਨ ਉਹ ਭਾਵੇਂ ਦਰਬਾਰ ਸਾਹਿਬ ਦੀਆਂ ਸਨ ਅਤੇ ਭਾਵੇਂ ਦਿੱਲੀ ਦੀ ਧਰਤੀ ਦੀਆਂ ਸਨ ਭਾਵੇਂ ਕਾਨਪੁਰ ਭਾਵੇਂ ਬਕਾਰੋ ਭਾਵੇਂ ਐਨੀ ਕਿਸੇ ਵੀ ਸਥਾਨ ਦੀਆਂ ਸਨ ਕਿਤੇ ਨਾ ਕਿਤੇ ਉਹ ਚੀਕਾਂ ਸਾਨੂੰ ਅੱਜ ਵੀ ਤਕਲੀਫ ਦਿੰਦੀਆਂ ਨੇ ਕਿਉਂਕਿ ਉਹਨਾਂ ਚੀਕਾਂ ਦੇ ਪਿੱਛੇ ਬੜੀ ਵੱਡੀ ਇੱਕ ਦਾਸਤਾਨ ਲੁਕੀ ਹੋਈ ਹੈ ਸ਼ਾਇਦ ਉਹਨਾਂ ਨੂੰ ਇੰਨੇ ਸ਼ਬਦਾਂ ਦੀ ਲੋੜ ਹੀ ਨਾ ਪਵੇ ਉਹਨਾਂ ਦੇ ਅੰਦਰੋਂ ਨਿਕਲੀ ਹੋਈ ਇੱਕ ਆਵਾਜ਼ ਸਮਝਦਾਰ ਨੂੰ ਇਸ਼ਾਰਾ ਕਾਫੀ ਹੋ ਜਾਂਦਾ ਪਤਾ ਲੱਗ ਜਾਂਦਾ ਕਿ ਇਹ ਆਵਾਜ਼ ਹੀ ਅਸਲ ਦੇ ਵਿੱਚ ਲੰਬੇ ਦਰਦਾਂ ਦੇ ਵਿੱਚੋਂ ਨਿਕਲੀ ਹੈ ਦਰਦ 84 ਦੇ ਜਦੋਂ ਮੈਂ ਗੱਲ ਕਰਦਾ ਵਾਂ ਤਾਂ ਮੇਰੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲਾਤ ਆਉਂਦੇ ਨੇ ਮੈਂ ਉਹਨਾਂ ਸੱਜਣਾਂ ਨੂੰ ਲਵਾਂ ਜਿਹੜੇ ਚਸ਼ਮਦੀਦ ਨੇ ਦਿਲ ਕਰਦਾ ਉਹਨਾਂ ਲੋਕਾਂ ਨੂੰ ਲਵਾਂ ਜਿਨ੍ਹਾਂ 'ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਪਰਚੇ ਪਾਏ ਗਏ ਦਿਲ ਕਰਦਾ ਮੈਂ ਉਹਨਾਂ ਦੀ ਵੀ ਗੱਲਬਾਤ ਕਰਾਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਾਵਾਂ ਜਿਨ੍ਹਾਂ ਨੇ ਉਸ ਤੋਂ ਬਾਅਦ ਲੰਬਾ ਸਮਾਂ ਜੇਲ੍ਹਾਂ ਕੱਟੀਆਂ ਉਹ ਪਰਿਵਾਰ ਜਿਨ੍ਹਾਂ ਦਾ ਇਸ ਲੰਬੇ ਸੰਘਰਸ਼ ਦੇ ਅੰਦਰ ਬਹੁਤ ਕੁਝ ਖੋ ਗਿਆ ਪਰ ਕਿਤੇ ਕਿਤੇ ਦਿਲ ਕਰਦਾ ਮੈਂ ਉਹਨਾਂ ਸ਼ਖਸੀਅਤਾਂ ਨੂੰ ਵੀ ਤੁਹਾਡੇ ਰੂਬਰੂ ਕਰਾਂ ਜਿਨ੍ਹਾਂ ਨੇ ਇਸ ਪੂਰੇ ਦੇ ਪੂਰੇ ਦਰਦ ਨੂੰ ਕਲਮ ਦੇ ਰਾਹੀਂ ਲਿਖ ਕੇ ਅਤੇ ਕੌਮ ਦੀ ਝੋਲੀ ਦੇ ਵਿੱਚ ਪਾਇਆ ਸੀ ਵੱਖਰੀ ਗੱਲ ਹੈ ਕਿ ਮੇਰੀ ਕੌਮ ਨੂੰ ਪੜ੍ਹਨ ਦੀ ਆਦਤ ਨਹੀਂ ਇਹ ਵਿਦਵਾਨਾਂ ਦਾ ਚਿੰਤਕਾਂ ਦਾ ਮੇਰੀ ਕੌਮ ਦੇ ਪ੍ਰਤੀ ਬੜਾ ਵੱਡਾ ਇੱਕ ਰੰਝ ਰਹੇਗਾ ਸਾਨੂੰ ਪੜ੍ਹਨ ਦੀ ਆਦਤ ਨਹੀਂ ਪਈ ਕਿ ਅਸੀਂ ਘੱਟੋ ਘੱਟ ਆਪਣਾ ਇਤਿਹਾਸ ਜੇ ਸਿਰਜ ਨਹੀਂ ਸਕਦੇ ਘੱਟੋ ਘੱਟ ਪੜ੍ਹਨ ਦਾ ਤਾਂ ਸ਼ੌਂਕ ਰੱਖੀਏ ਹੁਣ ਤੁਸੀਂ ਕਹੋਗੇ ਵੀ ਇਸ ਗੱਲ ਦੇ ਮਗਰ ਰਮਜ਼ ਕੀ ਹੈ ਰਮਜ਼ ਮੇਰੀ ਗੱਲ ਦੇ ਮਗਰ ਹੈ ਕਿਉਂਕਿ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਨ੍ਹਾਂ ਨੇ ਇਹ ਸਾਰੇ ਸਾਕੇ ਤੋਂ ਬਾਅਦ SGPC ਦਾ ਵਾਈਟ ਪੇਪਰ ਲਿਖਿਆ ਅਤੇ ਲਿਖ ਕੇ ਕੌਮ ਦੀ ਝੋਲੀ ਦੇ ਵਿੱਚ ਪਾਇਆ ਪਰ ਬੜੀ ਗਜ਼ਬ ਦੀ ਗੱਲ ਹੈ ਜੇ ਅੱਜ ਕਿਸੇ ਨੂੰ ਵੀ ਪੁੱਛਾਂ ਵੀ ਤੁਸੀਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦਾ ਵਾਈਟ ਪੇਪਰ ਪੜ੍ਹਿਆ ਅਤੇ ਜਵਾਬ ਆ ਜਾਂਦਾ ਨਹੀਂ ਸੁਣਿਆ ਜ਼ਰੂਰ ਹੈ ਪਰ ਮੈਂ ਪੜ੍ਹਿਆ ਨਹੀਂ ਕੁਝ ਐਸੇ ਵੀ ਮਿਲਦੇ ਨੇ ਜਿਹੜੇ ਕਹਿੰਦੇ ਸੁਣਿਆ ਹੈ ਪਰ ਦੇਖਿਆ ਨਹੀਂ ਕੁਝ ਐਸੇ ਨੇ ਜਿਹੜੇ ਕਹਿੰਦੇ ਨਾ ਸੁਣਿਆ ਹੈ ਨਾ ਦੇਖਿਆ ਹੈ ਅਤੇ ਅਕਾਲ ਚੈਨਲ ਵੱਲੋਂ ਪਹਿਲੀ ਵਾਰ ਇੱਕ ਬੜਾ ਵੱਡਾ ਉਦਮ ਉਪਰਾਲਾ ਹੋਇਆ ਜਿਵੇਂ ਪਿਛਲੇ ਸਮੇਂ ਵਿੱਚ ਤੁਸੀਂ ਦੇਖਿਆ ਕਿ ਮਤਾ ਸ੍ਰੀ ਅਨੰਦਪੁਰ ਸਾਹਿਬ ਦੇ ਉੱਪਰ ਲੜੀਵਾਰ ਬੜੀਆਂ ਲੰਬੀਆਂ ਵਿਚਾਰਾਂ ਹੋਈਆਂ ਨੇ ਇਸੇ ਤਰ੍ਹਾਂ ਅਸੀਂ ਪ੍ਰੋਗਰਾਮ ਦਰਦ 84 ਦੇ ਲੈ ਕੇ ਹਾਜ਼ਰ ਹੋਇਆਂ ਅਤੇ ਇਹਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਤੋਂ ਜਿਨ੍ਹਾਂ ਨੇ ਪੂਰਾ ਵਾਕਿਆਤ ਨੂੰ ਚੰਗੀ ਤਰ੍ਹਾਂ ਸੁਣਿਆ ਮਹਿਸੂਸ ਕੀਤਾ
ते अपने कलम दे राही लिखिया। आओ सब तो पहला असी इन्हां दा इस प्रोग्राम दे विच स्वागत करदे हां ते उस तो बाद विचार नूं आरंभ करांगे। वीर जी वाहिगुरु जी का खालसा वाहिगुरु जी की फतेह। जी बहुत मेहरबानी थोड़ी। जदों असी गल की दर्द 84 दी करदे हां ते किते ना किते ओह आवाज़ां साडे कन्नां दे विच गूंजदियां ने जिहड़ियां बेकसूरी आंदियां ने। हां जी, कोई कसूरवार होवे ते फिर इन्हां दर्द भी नहीं आउंदा। बिलकुल ठीक। पर जदों कोई बेकसूर होवे ते ओहदे अंदरों इक आवाज़ निकली ओह किते ना किते दुख दिंदी है। मैं थोड़े राही पहला थोड़े स्रोतों नूं सत्कार सहित वाहिगुरु जी का खालसा वाहिगुरु जी की फतेह कर रहा जी। मैं थोड़ी जी थोड़ी गल जे च अमेंडमेंट करन लगे हां जी। दर्द नहीं है चीस। ओके, चीस जिहड़ी है वो एक्सप्रेस नहीं कीती जा सकती। ओके, शब्दां विच नहीं लिआंदी जा सकती। वो एक दर्द दी एक्सप्रेशन और वो ऐसा एक्सप्रेशन जिहनूं बंदा महसूस ही कर सकता, जिहनूं बंदा मतलब अपने उत्ते जदों बीतदी है तां उसका अहसास उस वेले उसनूं हुंदा, दूसरे दे दस्सियां तों होया हुंदा नहीं। एड्डी वड्डी तकलीफ हुंदी है। मैं तुहानूं हुण की दसां, ब्लू स्टार वैसे लफज़ आ, जदों ब्लू स्टार लफज़ भी आउंदा ना किसे वेले। मेरे गुआंढ दे विच इक ब्लू स्टार ड्राई क्लीनर सी, मैं जदों उहदे कोल दी वी लंघदा सी मेरे दिमाग दे विच ब्लू स्टार दे लफज़ ने मेरी मानसिकता ते इस किस्म दा असर कीता सी ते मैनूं चीस निकलदी सी, चीस निकलदी सी मेरे मन दे विच। इक ड्राई क्लीनर दा नाम उहदा विचारे दा मतलब उहदा उहने विचारे ने नाम रख्या सी। घर दे विच बच्चे आ मेरे ग्रैंड चिल्ड्रन, उह ब्लू स्टार दे उत्ते कई वारी पोइम्स आ इंग्लिश स्कूलां च पढ़दे आ, पब्लिक स्कूलां दे विच। उह गल बच्चां नूं सुण के जदों कन्न च ब्लू स्टार लफज़ ही पैंदा तो मुखू साहब इक मन दे विच उह चीस निकलदी। तो जिन्हां लोकां ने उस घिनौने कलूकारे नूं अपने या तो मन ते हंडाया या अपने जिस्मां ते हटाया उही जानदे आ वी उह की सी। मैं थोनू एक हुण शुरू करन तो पहला एक कहानी दसन लग्या जिहड़ी इस दे विच अंकित आ, ब्लू आ जिहड़ा किताब आ मेरा वाइट पेपर जी। उहनां दिनां तों बाद एक पंजाबी दे पत्रकार ने कोटकपुरा एक छोटा जिहा कस्बा, तुसीं उस एरिए दे रहिणा, मैं भी उस एरिए दा रहिणा वाला जी, एक नौजवान लड़की नूं पुछण लग्या उह कि बीबी तूं मैनूं ऐ दस पैणे वी तिस तैनूं किस तरह महसूस होया 84 जून दा जो घलूकारा दरबार साहब दे विच होया। उह कहिण लगी वीरा मैनूं ऐ लग्या जिवें शरे बाज़ार दे विच मैनूं नंगा करके किसी ने रेप कर लिया हो। मैं समझदा इस तो बेहतर इस ईवेंट की जिहड़ी डेफिनेशन आ या एक्सप्लेनेशन नहीं हो सकती। वह मैं उस तरीके नाल अपनी किताब दे विच अंकित किया गया इस वाइट पेपर दे विच। ए हुण है की चीज़ सी दरबार साहब? हाँ बिल्कुल, एक सवाल बड़ा वड्डा आ जांदा आ क्योंकि जदों जदों असीं गल करदे आ ना भी डॉक्टर गुरदर्शन सिंह ढिल्लों का वाइट पेपर, क्योंकि शायद तुहानूं पता होवे तुहाडे तक असीं परमिशन लई है। हाँ जी, ती अकाल चैनल वल्लों एक कोई चैनल जिहड़ा वड्डा उदम उपराला करदा नहीं कि तुहाडा जिहड़ा ट्रुथ अबाउट पंजाब आ वाइट पेपर आ SCPC दा, इहनूं असीं PDF बना के कौम दी झोली विच पाउण लगे आ। जे तुसीं इह काम करो मैं तुहाडा बहुत ऋणी होऊंगा, क्योंकि यह जिहड़ी लिखत आ यह मेरी अपनी चीज़ की तर्जमानी है, मेरी अपनी तकलीफ की तर्जमानी है। मेरे ते जो मेरी कौम ते वापरिया, मेरे लोकां ते वापरिया, निर्दोष बच्चों ते औरतों ते बुढ़िया ते जवानों ते वापरिया, उस चीज़ नूं मैं इस च एक्सप्रेस करन दी कोशिश कीती है। तो जे तुसी इस गल नूं लोकां तक पहुँचाओगे मैं बहुत थोड़ा ऋणी हूँ इस गल दे लई, और ये पहुँचाउणा भी चाहिए जी, पहुँचाउणा भी चाहिए। इहदे विच इह भी कारण भी क्यों ये चीज़ है होई, की कारण और किस जगह ते हुई, क्यों हुई, कदों हुई ते किस जगह ते हुई। देखो जदों कोई दुश्मन किसी ते अपने दुश्मन ते अटैक करता किथे अटैक करता, उस दे दिल ते अटैक करता। जदों मैं लिख रहा सी तां जदों अटैक पहला तां कारण लिखने सी ना, इसदे कारण की है, कॉजेस की है। जदों ईवेंट नूं एक्सप्रेस करना सी उस चैप्टर दा हैडिंग दा क्वेश्चन सी, तां मेरे दिमाग दे विच ए चीज़ कई दिन लगातार कई हफ्ते ये गल कहिंदी वी उहदा हैडिंग की होना चाहिए।
ਤਾਂ ਬਹੁਤ ਦੇਰ ਬਾਅਦ ਗੁਰੂ ਦੀ ਬਖਸ਼ਿਸ਼ ਦੇ ਨਾਲ ਮੇਰੇ ਦਿਮਾਗ 'ਚ ਇਹ ਚੀਜ਼ ਆਈ ਵੀ ਜਿਹੜਾ ਦਰਬਾਰ ਸਾਹਿਬ ਆ ਉਹ ਕੀ ਚੀਜ਼ ਹੈ। ਇਟ ਇਜ਼ ਏ ਹਾਰਟ ਆਫ ਸਿੱਖਇਜ਼ਮ ਜੀ। ਤਾਂ ਮੈਂ ਉਸ ਚੈਪਟਰ ਦਾ ਹੈਡਿੰਗ ਦਿੱਤਾ ਅਟੈਕ ਔਨ ਦੀ ਹਾਰਟ ਆਫ ਸਿੱਖਇਜ਼ਮ। ਓਕੇ, ਅਟੈਕ ਔਨ ਦੀ ਹਾਰਟ ਆਫ ਸਿੱਖਇਜ਼ਮ। ਸਿੱਖਇਜ਼ਮ ਦੇ ਉੱਤੇ ਜਿਹੜਾ ਸਿੱਖੀ ਦਾ ਦੁਸ਼ਮਣ ਆ ਉਸਨੇ ਉਸਦੇ ਦਿਲ ਦੇ ਉੱਤੇ, ਸਿੱਖੀ ਦੇ ਦਿਲ ਦੇ ਉੱਤੇ ਅਟੈਕ ਕੀਤਾ, ਤਾਂ ਕਿ ਉਹ ਅਟੈਕ ਇੰਨਾ ਹੋਵੇ ਕਿ ਉਸ ਤੋਂ ਬਾਅਦ ਜੇ ਕਿਸੇ ਦੇ ਦਿਲ 'ਤੇ ਅਟੈਕ ਕਰਦੀ ਹੈ ਫਿਰ ਤਾਂ ਸਾਹ ਨਹੀਂ ਲੈਂਦਾ ਜੀ, ਉਹ ਤਾਂ ਮਤਲਬ ਉਹਦਾ ਵਜੂਦ ਖਤਮ ਹੋ ਜਾਂਦਾ ਹੈਗਾ। ਤਾਂ ਦੁਸ਼ਮਣ ਨੇ ਸੋਚ ਕੇ ਵਿਚਾਰ ਕੇ ਹਰ ਪਹਿਲੂ ਉਸਨੇ ਮੱਦੇਨਜ਼ਰ ਰੱਖਦੇ ਹੋਏ ਸਿੱਖੀ ਦੇ ਦਿਲ ਦੇ ਉੱਤੇ ਅਟੈਕ ਕੀਤਾ। ਇਹ ਨਾ ਭੁੱਲਣ ਵਾਲੀ ਗੱਲ ਆ। ਮੈਂ ਕਈ ਲੋਕਾਂ ਨੂੰ ਦੇਖਦਾ ਉਹ ਬਲਿਊ ਸਟਾਰ ਓਪਰੇਸ਼ਨ ਕਹਿ ਦਿੰਦੇ, ਓਪਰੇਸ਼ਨ ਬਲਿਊ ਸਟਾਰ, ਓਪਰੇਸ਼ਨ ਲਫ਼ਜ਼ ਉਹਨਾਂ ਦਾ, ਉਹਨਾਂ ਨੇ ਜਿਹਨਾਂ ਨੇ ਤੁਹਾਡੇ 'ਤੇ ਅਟੈਕ ਕੀਤਾ ਉਹਨਾਂ ਦਾ ਲਫ਼ਜ਼ ਆ ਓਪਰੇਸ਼ਨ, ਉਹਨਾਂ ਲਈ ਓਪਰੇਸ਼ਨ ਆ। ਓਪਰੇਸ਼ਨ ਤਾਂ ਪੋਜ਼ਿਟਿਵ ਲਫ਼ਜ਼ ਹੁੰਦਾ। ਅਸੀਂ ਕਹਿੰਦੇ ਨਹੀਂ ਵੀ ਫਲਾਨੀ ਲੱਤ ਦਾ ਓਪਰੇਸ਼ਨ ਕਰਾ ਲਾ, ਖੱਬੇ ਦਾ, ਜਿਹੜੀ ਚੀਜ਼ ਦਿਖਦੀ ਆ, ਜਿਹੜੀ ਚੀਜ਼ ਤੁਹਾਨੂੰ ਬਿਮਾਰੀ ਆ ਉਸ ਦੇ ਲਈ ਤੁਸੀਂ ਓਪਰੇਸ਼ਨ ਕਰਾਉਂਦੇ ਹੋ ਨਾ, ਜਿਹੜੀ ਤੁਹਾਨੂੰ ਬਿਮਾਰੀ ਲੱਗੀ ਆ ਉਹਦੇ ਲਈ ਓਪਰੇਸ਼ਨ। ਓਪਰੇਸ਼ਨ ਕੋਡ ਵਰਡ ਆ ਜਿਹੜਾ ਕਿ ਸਾਡੇ ਦੁਸ਼ਮਣਾਂ ਨੇ ਸਾਡੇ 'ਤੇ, ਸਾਡੇ ਦਿਲ 'ਤੇ ਅਟੈਕ ਕਰਨ ਦੇ ਲਈ, ਸਿੱਖਾਂ ਦੇ ਦਿਲ 'ਤੇ, ਸਿੱਖੀ ਦੇ ਦਿਲ 'ਤੇ ਅਟੈਕ ਕਰਨ ਲਈ ਯੂਜ਼ ਕੀਤਾ। ਮੈਂ ਬਹੁਤ ਪੜ੍ਹੇ ਲਿਖੇ ਵਿਦਵਾਨ ਸਿੱਖਾਂ ਨੂੰ ਇਹ ਬਹੁਤ ਵਾਰੀ ਦੱਸ ਚੁੱਕਿਆ ਵੀ ਰੱਬ ਦਾ ਵਾਸਤਾ, ਇਹਦਾ ਮਤਲਬ ਸਮਝੋ ਕੀ ਆ, ਇਹੀ ਮਤਲਬ ਸਮਝ ਲਓ, ਇਹ ਲਫ਼ਜ਼ ਓਪਰੇਸ਼ਨ ਮਤ ਯੂਜ਼ ਕਰੋ। ਤੁਸੀਂ ਜੇ ਯੂਜ਼ ਕਰਨਾ ਬਲਿਊ ਸਟਾਰ ਅਟੈਕ ਕਹਿ ਸਕਦੇ ਹੋ ਜੇ ਅੰਗਰੇਜ਼ੀ 'ਚ, ਔਰ ਅਟੈਕ ਅਤੇ ਓਪਰੇਸ਼ਨ ਵਿੱਚ ਬੜਾ ਬਹੁਤ ਜ਼ਮੀਨ ਅਸਮਾਨ। ਓਪਰੇਸ਼ਨ ਤਾਂ ਪੋਜ਼ਿਟਿਵ ਹੁੰਦਾ ਹੈਗਾ, ਓਪਰੇਸ਼ਨ ਪੋਜ਼ਿਟਿਵ ਹੁੰਦਾ, ਜਿਹੜਾ ਅਟੈਕ ਆ ਉਹ ਨੈਗੇਟਿਵ ਹੁੰਦਾ। ਤੋ ਮਤਲਬ ਮੈਂ ਬਹੁਤ ਵਾਰੀ ਬਹੁਤ ਪੜ੍ਹੇ ਲਿਖੇ ਬੰਦਿਆਂ ਨੂੰ ਵਾਰ ਵਾਰ ਇਸ ਗੱਲ ਲਈ ਬੜੀ, ਉਹ ਫਿਰ ਕਈ ਵਾਰੀ ਲੋਕ ਗੁੱਸਾ ਮਨਾ ਜਾਂਦੇ ਆ, ਉਹ ਸਮਝਦੇ ਵੀ ਇਹ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਦਾ ਸੀ ਕੋਈ ਅਨਪੜ੍ਹ, ਪਰ ਗੱਲ ਦੀ ਬਰੀਕੀ ਤੱਕ ਜਾਣਾ, ਦੁਸ਼ਮਣ ਦੀ ਚਾਲ ਨੂੰ ਸਮਝਣਾ। ਦੁਸ਼ਮਣ ਦਾ ਅਟੈਕ ਲਫ਼ਜ਼ਾਂ ਵਿੱਚ ਵੀ ਹੈ, ਕਹਿਣ 'ਚ ਵੀ, ਲਿਖਣ 'ਚ ਵੀ, ਪੜ੍ਹਨ 'ਚ ਵੀ, ਸੁਣਨ ਵਿੱਚ ਵੀ, ਅਤੇ ਉਹ ਤਾਂ ਹੈਗਾ ਹੀ ਅਟੈਕ ਜੀ ਜੀ ਜੀ। ਤੋ ਰੱਬ ਦਾ ਵਾਸਤਾ, ਪਹਿਲੀ ਗੱਲ ਆਪਾਂ ਸ਼ੁਰੂ ਕਰੀਏ, ਇਸ ਘੱਲੂਘਾਰੇ ਨੂੰ, ਇਹ ਘੱਲੂਘਾਰਾ ਹੈ ਸਿੱਖਾਂ ਦਾ, ਇਸ ਘੱਲੂਘਾਰੇ ਨੂੰ ਕਿਸੇ ਵੀ ਕੀਮਤ ਦੇ ਉੱਤੇ ਓਪਰੇਸ਼ਨ ਲਫ਼ਜ਼ ਇਸ ਦੇ ਨਾਲ ਮਤ ਇਸਤੇਮਾਲ ਕਰੋ, ਇਹ ਸਿੱਖਾਂ ਦਾ ਲਫ਼ਜ਼ ਨਹੀਂ ਹੈਗਾ ਜੀ। ਤੋ ਇਹ ਗੱਲ ਵੀ ਬੜੀ ਇੰਪੋਰਟੈਂਟ ਆ, ਬੜੀ ਸਿਗਨੀਫਿਕੈਂਟ ਆ, ਜਿਹੜੀ ਸਿੱਖਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਈ ਵਾਰੀ, ਉਹ ਦੂਸਰੇ ਦੀ ਈਡੀਓ ਲੈ ਕੇ, ਦੁਸ਼ਮਣ ਦਾ ਈਡੀਓ ਲੈ ਕੇ ਉਸ ਨੂੰ ਇਸਤੇਮਾਲ ਕਰੀ ਜਾਂਦੇ ਆ, ਉਹ ਗਾਲਾਂ ਕੱਢੀ ਜਾਂਦੇ ਆ ਓਪਰੇਸ਼ਨ ਬਲਿਊ ਸਟਾਰ ਨੂੰ ਬੁਰਾ ਭਲਾ। ਓਪਰੇਸ਼ਨ ਜੇ ਹੈ ਤਾਂ ਪੋਜ਼ਿਟਿਵ ਹੈਗਾ, ਉਹ ਤਾਂ ਐਂ ਗੱਲ ਆ ਨਾ, ਜੇ ਕੋਈ ਡਾਕਟਰ ਤੁਹਾਡਾ ਓਪਰੇਸ਼ਨ ਕਰ ਰਿਹਾ, ਤੁਹਾਨੂੰ ਚੀਜ਼ ਤਾਂ ਪੈਣੀ ਹੈ, ਥੋੜ੍ਹੀ ਬਹੁਤੀ ਤਕਲੀਫ ਹੋਣੀ ਹੈ, ਤਾਂ ਮਤਲਬ ਉਸ ਦੇ ਵਿੱਚ ਕੋਈ ਹੱਲ ਕੱਢ ਦਿੰਦਾ, ਹੱਲ ਕੱਢ ਦਿੰਦਾ ਉਹਦਾ, ਪੋਜ਼ਿਟਿਵ ਹੁੰਦੀ ਹੈ ਗੱਲ। ਲੇਕਿਨ ਸਾਡੇ ਲਈ ਉਹ ਚੀਜ਼ ਨਹੀਂ, ਸਾਡੇ ਲਈ ਘੱਲੂਘਾਰ ਆ, ਸਾਡੇ ਲਈ ਸਿੱਖੀ ਦੇ ਦਿਲ ਦੇ ਉੱਤੇ ਬਹੁਤ ਘਾਤਕ ਹਮਲਾ, ਜਿਸ ਤੋਂ ਸਿੱਖ ਉੱਠ ਹੀ ਨਾ ਸਕਣ, ਇੱਕ ਤਾਂ ਗੱਲ ਇਹ ਹੈ। ਅੱਛਾ, ਹੁਣ ਗੱਲ ਇਹ ਆ ਵੀ ਹੋਇਆ ਕਿਉਂ, ਕੀ ਕਾਰਨ ਹੈ, ਕੀ ਦੋਸ਼ ਆ ਸਿੱਖਾਂ ਦਾ, ਕੀ ਉਹਨਾਂ ਨੇ ਗੁਨਾਹ ਕੀਤਾ, ਕੀ ਉਹਨਾਂ ਨੇ ਮਤਲਬ ਐਸਾ ਜ਼ੁਲਮ ਕੀਤਾ ਜਿਸ 'ਤੇ ਐਡਾ ਬੜਾ ਭਿਆਨਕ ਹਮਲਾ, ਔਰ ਕੀਤਾ ਵੀ ਉਸ ਦਿਨ ਜਿਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਸ਼ਹਾਦਤ ਦਾ ਦੇਣਾ। ਕੌਣ ਆ ਗੁਰੂ ਅਰਜਨ ਦੇਵ, ਜੋ ਦਰਬਾਰ ਸਾਹਿਬ ਦੀ ਸਿਰਜਣਾ ਕਰਨ ਵਾਲੇ, ਗੁਰੂ ਰਾਮਦਾਸ ਨੇ ਤਾਂ ਨੀਂਹ ਰੱਖੀ, ਬਣਾਇਆ ਤਾਂ ਗੁਰੂ ਅਰਜਨ ਦੇਵ ਨੇ, ਜੀ 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 ਜੀ, ਦਿਨ ਵੀ ਚੁਣਿਆ ਗਿਆ, ਔਰ ਉਸ ਮਹਾਨ ਸ਼ਖਸੀਅਤ ਜਿਸਨੇ ਇਸ ਦੀ ਸਿਰਜਣਾ ਕੀਤੀ ਉਸ ਦੇ ਨਾਲ ਇਸ ਨੂੰ ਰਿਲੇਟ ਵੀ ਕੀਤਾ ਗਿਆ। ਇਹ ਬਹੁਤ ਵੱਡੀ ਥਿੰਕ ਟੈਂਕ ਆ ਰੋ ਦਾ, ਇੰਡੀਅਨ ਜਿਹੜੀ ਇੰਟੈਲੀਜੈਂਸ ਦਾ, ਉਸ ਤੋਂ ਸੋਚ ਕੇ ਸਮਝ ਕੇ ਵਿਚਾਰ ਕੇ ਸਭ ਚੀਜ਼ ਨੂੰ ਨਿਯੁਕਤ ਕਰਕੇ ਕੀਤਾ ਗਿਆ ਅਟੈਕ ਆ, ਔਰ ਐਸਾ ਅਟੈਕ ਆ ਜਲਦਬਾਜ਼ੀ ਵਿੱਚ ਹੋਈ ਕਾਰਵਾਈ ਨਹੀਂ ਹੈ। ਨਹੀਂ 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 ਨਹੀਂ, ਉਸ ਤੋਂ ਬਹੁਤ ਮਹੀਨੇ ਪਹਿਲਾਂ ਚੱਕਰਾਤੇ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਸ ਦੀ ਤਿਆਰੀ ਕਰਵਾਈ ਗਈ ਫੌਜ ਤੋਂ, ਔਰ ਫੌਜ ਨੂੰ ਮਾਨਸਿਕ ਤੌਰ ਦੇ ਉੱਤੇ ਸਾਈਕੋਲੋਜੀਕਲੀ ਪ੍ਰਪੇਅਰ ਕੀਤਾ ਗਿਆ ਵੀ ਉੱਥੇ ਉਹ ਲੋਕ ਬੈਠੇ ਆ ਜਿਹੜੇ ਇਹ ਭਾਰਤ ਮਾਤਾ ਦੇ ਟੁਕੜੇ ਕਰਨੇ ਚਾਹੁੰਦੇ ਆ। ਇਹ ਚੀਜ਼ਾਂ ਬ੍ਰੇਨ ਵਾਸ਼ ਟੋਟਲੀ ਕੀਤਾ ਗਿਆ,
ਉਹਨਾਂ ਦੀ ਮਾਨਸਿਕਤਾ ਟੋਟਲੀ ਤਬਦੀਲ ਕੀਤੀ ਗਈ। ਇਹ ਆਰਡਰ ਦਿੱਤੇ ਗਏ ਡੋਂਟ ਟੇਕ ਦੀ ਪੀਪਲ ਐਜ਼ ਇੰਜਰਡ, ਲਾਸ਼ਾਂ ਹੀ ਸਾਨੂੰ ਲਿਆ ਕੇ ਦਿਓ ਤੁਸੀਂ, ਫੱਟੜਾ ਆਦਮੀ ਨਹੀਂ ਸਾਡੇ ਸਾਹਮਣੇ ਆਉਣਾ ਚਾਹੀਦਾ। ਇਹ ਆਰਡਰ ਆ ਸਪੈਸੀਫਿਕਲੀ ਉਹਨਾਂ ਨੂੰ ਦਿੱਤੇ ਗਏ ਜਿਨ੍ਹਾਂ ਬੰਦਿਆਂ ਤੋਂ ਪਹਿਲਾਂ ਐਕਸਰਸਾਈਜ਼ਾਂ ਕਰਾਈਆਂ ਗਈਆਂ, ਉਹਨਾਂ ਨੂੰ ਮਾਨਸਿਕ ਤੌਰ 'ਤੇ ਤਿਆਰ ਕੀਤਾ ਗਿਆ, ਉਹਨਾਂ ਨੂੰ ਇਹ ਕਿਹਾ ਗਿਆ ਵੀ ਹੁਣ ਤੁਸੀਂ ਮਤਲਬ ਭਾਰਤ ਮਾਤਾ ਦੇ ਲਈ ਜਾ ਰਹੇ ਹੋ, ਇਸ ਜਗ੍ਹਾ 'ਤੇ ਜਾ ਰਹੇ ਹੋ, ਇਹਨਾਂ ਲੋਕਾਂ ਨੂੰ ਖਤਮ ਕਰਨ ਲਈ ਜਾ ਰਹੇ, ਖਤਮ ਕਰਨਾ ਹੈ ਲੋਕ, ਇੰਜਰ ਨਹੀਂ ਕਰਨਾ, ਖਤਮ ਕਰਨਾ ਲੋਕਾਂ ਨੂੰ। ਔਰ ਖਤਮ ਕਰਨ ਤੋਂ ਬਾਅਦ ਮਤਲਬ ਕਿਸੇ ਨੂੰ ਤੁਸੀਂ ਫੱਟੜ ਨੂੰ ਨਹੀਂ ਲੈ ਕੇ ਆਉਣਾ ਵਾਪਸ। ਇਹ ਮਤਲਬ ਬੜੀ ਇਹ ਗੱਲਾਂ ਰਿਕਾਰਡਡ ਆ, ਮੇਰੀਆਂ ਲਿਖੀਆਂ ਵੀ ਇਹਨਾਂ ਚੀਜ਼ਾਂ ਨੂੰ। ਬੱਲੇ 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 ਬੱਲੇ, ਅਤੇ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਡੀਆਂ ਗੱਲਾਂ ਕਿਸੇ ਨੇ ਚੈਲੇਂਜ ਨਹੀਂ ਕੀਤੀਆਂ? ਨਹੀਂ ਚੈਲੇਂਜ ਕਰ ਹੀ ਨਹੀਂ ਸਕਦੇ, ਚੈਲੇਂਜ ਕਰਨਗੇ ਮੇਰੇ ਫੈਕਟ ਦਿੱਤੇ ਹੋਏ, ਇੱਕ ਇੱਕ ਚੀਜ਼ 'ਤੇ ਮੇਰੇ ਫੈਕਟ ਦਿੱਤੇ ਹੋਏ ਆ, ਇੱਕ ਇੱਕ ਪੇਜ 'ਤੇ ਤਿੰਨ ਤਿੰਨ ਮੇਰੇ ਐਵੀਡੈਂਸ ਦਿੱਤੇ ਹੋਏ ਆ। ਕਿਸ ਤਰੀਕੇ ਨਾਲ ਤੁਸੀਂ, ਮੇਰੀ ਪਹਿਲਾਂ ਇੱਕ ਕਿਤਾਬ ਸੀ ਇੰਡੀਆ ਕਮਿਟ ਸੁਸਾਈਡ, ਉਹ ਦੋ ਦਿਨ ਪਾਰਲੀਮੈਂਟ 'ਚ ਡਿਬੇਟ ਹੋਈ ਸੀ, ਮੇਰੇ 'ਤੇ ਕੇਸ ਕਰ ਸਕਦੇ ਸੀ ਉਸਦੇ ਟਾਈਟਲ 'ਤੇ, ਮੈਨੂੰ ਮਤਲਬ ਕਿਤਾਬ ਬੈਨ ਕਰ ਸਕਦੇ ਸੀ, ਪਰ ਮੈਂ ਇਸ ਢੰਗ ਦੇ ਨਾਲ ਐਵੀਡੈਂਸ ਦੇ ਕੇ ਦਿੱਤੀ ਵੀ ਆ ਜਿਸ ਨੂੰ ਕੋਈ ਬੰਦਾ ਰਿਬਟ ਨਹੀਂ ਕਰ ਸਕਦਾ। ਜੇ ਬੈਨ ਵੀ ਕਰਦੇ ਮੈਂ ਕੋਰਟ 'ਚ ਜਾਂਦਾ, ਕੋਰਟ 'ਚ ਜਾਂਦਾ ਤਾਂ ਉਹ ਗੱਲ ਦੀ ਡਿਟੇਲ ਹੋਰ ਜ਼ਿਆਦਾ ਪਬਲਿਸਾਈਜ਼ ਹੁੰਦੀ। ਜਿਹੜੀ ਹਿੰਦੁਸਤਾਨ ਦੀ ਸਰਕਾਰ, ਬ੍ਰਾਹਮਣ ਦੀ ਸਰਕਾਰ ਆ, ਉਹ ਬਹੁਤ ਛਾਤਰਾ ਦਿਮਾਗੀ ਤੌਰ ਦੇ ਉੱਤੇ, ਉਹਨਾਂ ਨਾਲ ਮਤਲਬ ਭਿੜਨਾ, ਉਹਨਾਂ ਦੀ ਚਾਲ ਨੂੰ ਸਮਝਣਾ ਔਰ ਉਹਨਾਂ ਦੀ ਚਾਲ ਸਮਝ ਕੇ ਉਹਨਾਂ ਦਾ ਜਵਾਬ ਦੇਣਾ ਸੌਖੀ ਗੱਲ ਨਹੀਂ। ਇਹ ਬੜੀ ਲੰਬੀ ਪ੍ਰਕਿਰਿਆ ਹੈ, ਸਾਧ ਇਹ ਮਤਲਬ ਇੱਕ ਸਾਧਨਾ ਹੈ। ਬਿਲਕੁਲ, ਜਿਵੇਂ ਬ੍ਰਾਹਮਣ ਸਾਧਨਾ ਕਰਦਾ। ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਤੁਹਾਡੇ ਰਾਹੀਂ, ਖਾਸ ਤੌਰ 'ਤੇ ਸਿੱਖ ਸਰੋਤਿਆਂ ਨੂੰ। ਇੱਕ ਮੈਂ ਉਹਨੂੰ ਬਹੁਤ ਵੱਡਾ ਇਨਸਾਨ ਸਮਝਦਾ, ਹੁਣੇ ਗੁਜ਼ਰ ਗਿਆ ਵਿਚਾਰਾ ਉਹ, ਐਡਵਰਡ ਸਾਈਦ ਇੱਕ ਲਿਖਾਰੀ ਆ ਜਿਹੜਾ ਅਮੈਰੀਕਾ ਦੇ ਵਿੱਚ ਬਹੁਤ ਅਰਸਾ ਰਿਹਾ ਸੀ, ਤਾਂ ਉਹ ਸੱਯਦ ਸੀਗਾ, ਉਹਨੂੰ ਸਾਈਦ ਕਹਿਣ ਲੱਗ ਗਏ। ਉਹ ਸੱਯਦ ਕਹਿਣਾ ਉਹਨਾਂ ਨੂੰ ਪ੍ਰੋਨਾਂਸ ਨਹੀਂ ਕਰਨਾ ਆਉਂਦਾ ਨਾ ਲਿਖਣਾ ਆਉਂਦਾ, ਉਹ ਐਡਵਰਡ ਸਾਈਦ ਕਹਿਣ ਲੱਗ ਗਏ। ਉੱਥੇ ਜ਼ਿਆਦਾ ਜੰਮਿਆ, ਉੱਥੇ ਰਿਹਾ, ਉਹ ਜ਼ਿਆਦਾ ਪੜ੍ਹਿਆ। ਉਸ ਬੰਦੇ ਨੇ ਇੱਕ ਗੱਲ ਬਹੁਤ ਹੀ ਖੂਬਸੂਰਤ, ਮੁਸਲਮਾਨ ਸੀ, 100 ਕਿਤਾਬਾਂ ਲਿਖੀਆਂ ਉਸ ਬੰਦੇ ਨੇ ਐਡਵਰਡ ਸਾਈਦ ਨੇ, ਔਰ ਉਹਦਾ ਮਤਲਬ ਸਿੱਕਾ ਮੰਨਦੇ ਸੀ ਉਹਨੂੰ, ਉਹ ਗੋਰੇ ਕਹਿੰਦੇ ਸੀ ਇਹਨੂੰ ਮਾਰ ਦਈਏ, ਇਹਨੂੰ ਚਿੱਥ ਦਈਏ, ਇਹਨੂੰ ਖਤਮ ਕਰ ਦਈਏ, ਇਹਦਾ ਵਜੂਦ ਮਿਟਾ ਦਈਏ, ਬਹੁਤ ਕੁਛ ਉਹਨੂੰ ਵਿਚਾਰੇ ਨੂੰ ਕਹਿੰਦੇ ਸੀ। 2 ਸਾਲ ਹੋ ਗਏ ਉਹਦੀ ਡੈਥ ਹੋ ਗਈ। ਉਸ ਨੇ ਕਿਹਾ ਵੀ ਜੇ ਘੱਟ ਗਿਣਤੀਆਂ ਨੇ ਦੁਨੀਆਂ ਦੇ ਵਿੱਚ ਐਗਜ਼ਿਸਟ ਕਰਨਾ ਐਜ਼ ਦੇ ਆਰ, ਆਪਣੀ ਆਈਡੈਂਟੀ ਦੇ ਨਾਲ, ਮਤਲਬ ਉਹਦਾ ਕਹਿਣ ਤੋਂ ਸੀ, ਤਾਂ ਉਹਨਾਂ ਨੂੰ ਪੈਨ ਵਾਰੀਅਰਸ ਪੈਦਾ ਕਰਨੇ ਪੈਣਗੇ। ਕੀ ਬਾਤ ਹੈ, ਸੁਣੋ ਈਡੀਅਮ ਉਸਦਾ, ਪੈਨ ਵਾਰੀਅਰਸ, ਕਿਰਪਾਨ ਦੇ ਖਿਲਾਰੀ ਨਹੀਂ, ਬੰਦੂਕ ਦੇ ਵਪਾਰੀ ਨਹੀਂ, ਬੰਬਾਂ ਦੇ ਖਿਲਾਰੀ ਨਹੀਂ, ਪੈਨ ਵਾਰੀਅਰਸ। ਅੱਜ ਦੁਨੀਆਂ ਵਿਚਾਰਾਂ 'ਤੇ, ਆਈਡੀਆਜ਼ 'ਤੇ, ਆਈਡੀਓਲੋਜੀ 'ਤੇ ਖੜ੍ਹੀ, ਤਾਂ ਉਸ ਆਈਡੀਆਜ਼ ਨੂੰ ਸਮਝਣਾ, ਫਿਰ ਉਸ ਨੂੰ ਰਿਬਟ ਕਰਨਾ, ਫਿਰ ਆਪਣੀ ਕੌਮ ਦੇ ਹਿੱਤ ਦੇ ਵਿੱਚ ਕਲਮ ਬਣਾ ਕੇ ਇੱਕ ਕੇਸ ਤਿਆਰ ਕਰਨਾ, ਬਹੁਤ ਔਖਾ ਕੰਮ, ਬਹੁਤ ਔਖਾ ਕੰਮ। ਜਿਵੇਂ ਹੁਣ ਤੁਸੀਂ ਸ਼ੁਰੂਆਤ ਵਿੱਚ ਗੱਲ ਕਰ ਰਹੇ ਸੀ ਕਿ ਇਹ ਪ੍ਰੀ ਪਲਾਨਡ ਹੋਇਆ, ਹਾਂਜੀ ਮੈਂ ਦੱਸਦਾ ਕਿਉਂ ਚਕਰਾਤਾ। ਹਾਂਜੀ, 1947 'ਚ ਜਦੋਂ ਦੇਸ਼ ਆਜ਼ਾਦ ਹੋਇਆ, ਸਾਡੇ ਜਿਹੜੇ ਵੱਡੇ ਲੀਡਰ ਸੀ, ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ ਜਾਂ ਹੋਰ ਇਸ ਕਿਸਮ ਦੇ, ਬਲਦੇਵ ਸਿੰਘ ਜਾਂ ਇਸ ਕਿਸਮ ਦੇ ਜਿਹੜੇ ਬੰਦੇ ਸੀ, ਉਹਨਾਂ ਨੂੰ ਸਮਝ ਨਹੀਂ ਸੀ ਵੀ ਕੀ ਹੋ ਰਿਹਾ ਸਾਰੀ ਦੁਨੀਆ 'ਚ। ਜਿਹੜਾ ਗਾਂਧੀ ਸੀ, ਬਹੁਤ ਛਾਤਰ ਦਿਮਾਗ ਇਨਸਾਨ ਸੀ, ਉਹ ਪੜ੍ਹਿਆ ਲਿਖਿਆ ਤਾਂ ਬਹੁਤ ਪੜ੍ਹਿਆ ਲਿਖਿਆ ਸੀ, ਦਿਮਾਗ ਬੜਾ ਛਾਤਰ ਸੀ, ਔਰ ਉਹ ਸਮਝਦਾ ਸੀ ਵੀ ਕੀ ਹੋਣ ਵਾਲਾ। ਉਸ ਨੂੰ ਪਤਾ, ਅੰਗਰੇਜ਼ ਛੱਡ ਕੇ ਜਾ ਰਹੇ ਸੀ ਮੁਲਕ ਨੂੰ, ਸਿੱਖਾਂ ਨੇ ਤਾਂ ਡਿਮਾਂਡ ਹੀ ਨਹੀਂ ਕੋਈ ਕੀਤੀ, ਰਾਊਂਡ ਟੇਬਲ ਕਾਨਫਰੰਸ ਜਾ ਕੇ ਆਪਣਾ ਕੇਸ ਹੀ ਨਹੀਂ ਪਲੀਟ ਕੀਤਾ, ਕੋਈ ਲੜਾਈ ਦੀ ਲੋੜ ਨਹੀਂ ਸੀ, ਕੋਈ ਬੰਦੇ ਮਰਵਾਉਣ ਦੀ ਲੋੜ ਨਹੀਂ ਸੀ, ਸਿਰਫ ਤੁਸੀਂ ਆਪਣੀ ਗੱਲ, ਆਪਣਾ ਜਿਹੜਾ ਹੱਕ ਹੈ, ਆਪਣਾ ਜਿਹੜਾ ਜਿੰਨਾ ਸ਼ੇਅਰ ਆ ਤੁਹਾਡਾ, ਤੁਸੀਂ ਰੂਲਰ ਸੀ, ਤੁਹਾਡੀ ਸਲਤਨਤ ਸੀ ਜਿਹੜੀ ਅੰਗਰੇਜ਼ਾਂ ਨੇ ਧੋਖੇ ਨਾਲ ਖੋਹੀ ਆ, ਇੱਕ ਨਾਬਾਲਗ ਬੱਚੇ ਦੇ ਜਿਸਦੇ ਤੁਸੀਂ ਸਰਪ੍ਰਸਤ ਸੀ ਅੰਗਰੇਜ਼, ਉਸੇ ਨਾਲ ਧੋਖਾਧੜੀ ਕਰਕੇ, ਉਹਦੇ 'ਤੇ ਵਾਰ ਛੇੜ ਕੇ ਤੁਸੀਂ ਧੋਖਾਧੜੀ ਕਰਕੇ ਉਹਨਾਂ ਤੋਂ ਸਿੱਖਾਂ ਤੋਂ ਰਾਜ ਖੋਹਿਆ ਸੀ, ਤੁਸੀਂ ਆਪਣੀ ਗੱਲ ਦਲੀਲ ਨਾਲ ਉਹਨਾਂ ਨੂੰ ਦੱਸ ਸਕਦੇ ਸੀ।
ਵੀ ਤੁਸੀਂ ਸਾਡੇ ਨਾਲ ਧੋਖਾ ਕੀਤਾ ਸਾਡੇ ਨਾਲ। ਨਾਭੇ ਵਾਲੇ ਦੀ ਗੱਲ ਆ ਗਈ ਨਾ, ਬਾਕੀ ਵੀ ਤਾਂ ਰਾਜੇ ਸੀ। ਨਾਭੇ ਵਾਲੇ ਦਾ ਤਾਂ ਕੋਈ ਰੋਲ ਹੀ ਨਹੀਂ ਸੀ, ਉਹ ਤਾਂ ਸਿਰਫ ਇੱਕ ਊਂ ਸੀ ਮਾੜੀ ਮੋਟੀ ਉਹਦੀ ਗੱਲ ਸੀ। ਲੀਡਰ ਸੀਗਾ ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਇਸੇ ਤਰੀਕੇ ਨਾਲ ਬਲਦੇਵ ਸਿੰਘ, ਇਹਨਾਂ ਲੋਕਾਂ ਨੂੰ। ਇਹ ਤਾਂ ਲੋਕ ਬਹੁਤ ਸੈਮੀ ਲਿਟਰੇਟ ਬੰਦੇ ਸੀ। ਹੁਣ ਕਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ, ਇੱਕ ਬੰਦਾ ਮਤਲਬ ਹਾਰਵਰਡ 'ਚੋਂ ਪੜ੍ਹਿਆ ਹੋਇਆ, ਇੱਕ ਬੰਦਾ ਆਪਣੇ ਜੈਤੋ ਮੰਡੀ ਸਕੂਲ ਦਾ ਪੜ੍ਹਿਆ ਹੋਇਆ, ਮਤਲਬ ਫਰਕ ਤਾਂ ਬਹੁਤ ਹੈ ਨਾ। ਜਿਸ ਬੰਦਾ ਉਸ ਜਗ੍ਹਾ ਤੋਂ ਪੜ੍ਹਿਆ ਹੋਇਆ, ਜਿਸ ਜਗ੍ਹਾ ਤੋਂ ਗਾਂਧੀ ਨਹਿਰੂ ਵਗੈਰਾ ਪੜ੍ਹੇ ਹੋਏ ਸੀ, ਬਾਹਰ ਅਟਲਾ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ, ਉੱਥੇ ਜਾ ਕੇ ਇੰਗਲੈਂਡ 'ਚ ਪੜ੍ਹੇ, ਇੰਗਲੈਂਡ ਦੇ ਸਿਸਟਮ ਨੂੰ ਅੰਡਰਸਟੈਂਡ ਕੀਤਾ, ਉੱਥੇ ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਆਪਣਾ ਵਿਜ਼ਨ ਇੰਪਰੂਵ ਕੀਤਾ ਉਹਨਾਂ ਨੇ, ਫਿਰ ਆ ਕੇ ਆਪਣੀ ਕੌਮ ਦੇ ਲਈ ਖੜ੍ਹੇ ਹੋ ਗਏ ਹਿੰਦੂਆਂ ਲਈ। ਓਕੇ, ਅੱਛਾ, ਹੁਣ ਜਦੋਂ 1947 ਦੇ ਵਿੱਚ ਮੁਲਕ ਦੇ ਵਿੱਚ ਬਟਵਾਰਾ ਹੋਇਆ, ਕਟਾ ਵੱਡੀ ਹੋਈ, ਇਹ ਕੋਈ ਆਜ਼ਾਦੀ ਦੀ ਲੜਾਈ ਨਹੀਂ ਹੋਈ, ਇਹ ਮਿੱਥ ਬਣਾਈ ਹੋਈ ਹੈ। ਦੱਸਿਆ ਤੁਸੀਂ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਇਹ ਗੱਲ, ਤਾਂ ਉਹਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਕੌਮ ਦਾ ਨੁਕਸਾਨ ਹੋਇਆ, ਸਿੱਖਾਂ ਦਾ ਹੋਇਆ। ਸਿੱਖਾਂ ਦੀ ਟੋਟਲ ਆਬਾਦੀ ਦਾ 40% ਉੱਜੜ ਗਿਆ ਉੱਧਰਲੇ ਪਾਸੇ ਵੈਸਟ ਪੰਜਾਬ ਦੇ ਵਿੱਚ। ਆਪਣਾ ਮਕਾਨ, ਆਪਣੀਆਂ ਦੁਕਾਨਾਂ, ਆਪਣਾ ਵਪਾਰ, ਆਪਣੀਆਂ ਜਾਇਦਾਦਾਂ, ਆਪਣੇ ਗੁਰਦੁਆਰੇ, ਹਰ ਚੀਜ਼ ਤੋਂ ਛੱਡ ਕੇ ਉਹ ਭੁੱਖੇ ਨੰਗੇ ਕੱਪੜਿਆਂ ਤੋਂ ਬਗੈਰ, ਉਹੀ ਗਲਾਂ 'ਚ ਕੱਪੜੇ ਪਾਏ ਇੱਧਰ ਆ ਕੇ ਸੜਕਾਂ 'ਤੇ ਰੋਣ ਲੱਗ ਗਏ। ਔਰ ਇੱਧਰ ਆ ਕੇ ਸੜਕਾਂ 'ਤੇ ਰੋਣ ਲੱਗੇ ਤਾਂ ਇੱਧਰ ਤਾਂ ਤੁਹਾਡੇ ਵੈਲਵਿਸ਼ਰ ਨਹੀਂ ਸੀ ਜੀ, ਇੱਧਰ ਵੀ ਤੁਹਾਡੇ ਹਮਦਰਦ ਨਹੀਂ ਸੀ, ਨਾ ਮੀਂਹ 'ਚ ਤੁਹਾਨੂੰ ਪ੍ਰੋਟੈਕਸ਼ਨ ਦਿੱਤੀ ਤਾਂ ਧੁੱਪ ਤੋਂ ਪ੍ਰੋਟੈਕਸ਼ਨ ਦਿੱਤੀ, ਰੋਟੀ ਖਾਣ ਨੂੰ ਨਹੀਂ ਦਿੱਤੀ। ਤਾਂ ਉਸ ਦੇ ਵਿੱਚ ਜਿਹੜਾ ਉਹਨਾਂ ਦੀਆਂ ਜ਼ਮੀਨਾਂ 'ਤੇ 99% ਤੱਕ ਕੱਟ ਲੱਗੇ, 99% ਤੱਕ ਉਹਨਾਂ ਦੀਆਂ ਜ਼ਮੀਨਾਂ 'ਤੇ ਕੱਟ ਲੱਗੇ, ਕਿਉਂਕਿ ਦੇਣੀਆਂ ਤਾਂ ਜੇ ਉਜੜੇ ਬੰਦਿਆਂ ਨੂੰ ਦੇਣੀ ਤਾਂ ਵੱਧ ਸੀ, ਪਰ 99% ਜੇ ਵੱਧ ਜ਼ਮੀਨਾਂ ਛੱਡ ਕੇ ਆਏ ਸੀ। ਕਿੱਡੀਆਂ ਕਿੱਡੀਆਂ ਜ਼ਮੀਨਾਂ 12 ਦੇ ਵਿੱਚ ਆਬਾਦ ਕੀਤੀਆਂ ਸੀ ਸਿੱਖਾਂ ਨੇ, ਕਿੱਡੇ ਕਿੱਡੇ ਲੈਂਡਲੋਰਡ ਸੀ ਸਿੱਖ, ਕਿੱਡੇ ਕਿੱਡੇ ਵਪਾਰੀ ਸੀ ਸਿੱਖ, ਕਿੱਡਾ ਕਿੱਡੀਆਂ ਜਾਇਦਾਦਾਂ ਦੇ ਮਾਲਕ ਸੀ, ਸਭ ਖਤਮ ਕਰਤਾ ਉਹਨਾਂ ਨੇ। ਤੋ ਖੈਰ, ਉਹ ਉਹਨਾਂ ਦੀ ਜਿਹੜੀ ਮਾਨਸਿਕਤਾ ਸੀ ਉਹ ਆਧਾਰਿਤ ਸੀ ਅਰਥ ਸ਼ਾਸਤਰ ਕਹਿੰਦੇ, ਇੱਕ ਉਹਨਾਂ ਦੀ ਪੋਲਿਟੀ ਦਾ ਬੇਸ ਆ, ਜਿਵੇਂ ਮਨੁ ਸਮ੍ਰਿਤੀ ਆ, ਉਹਨਾਂ ਦੀ ਮਤਲਬ ਸਮਾਜਿਕ ਸਿਸਟਮ ਦਾ ਬੇਸ ਆ। ਅਰਥ ਸ਼ਾਸਤਰ ਆ ਜਿਹੜਾ ਉਹ ਹੈਗਾ ਉਹਨਾਂ ਦੀ ਜਿਹੜੀ ਰਾਜਨੀਤੀ ਦਾ ਬੇਸ, ਕਿਸ ਕਿਸਮ ਦੇ ਆਧਾਰ ਦੇ ਉੱਤੇ। ਨਹੀਂ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਜਿਵੇਂ ਆਪਾਂ ਚਕਰਾਤਾਂ ਦੀ ਗੱਲ ਕੀਤੀ, ਤੁਸੀਂ ਦੱਸਿਆ ਵੀ ਇਹ ਸੱਟ ਅਸੀਂ ਕੱਲੀ 84 ਵੇਲੇ ਨਹੀਂ ਖਾਧੀ, 47 ਤੋਂ ਸੱਟਾਂ ਖਾ ਰਹੇ ਹਾਂ, 47 ਅਸੀਂ ਵਿੱਚ ਵੀ ਸੱਟਾਂ ਖਾਧੀ, ਉਦੋਂ ਵੀ ਲੀਡਰ ਹੁੰਦਿਆਂ ਹੋਇਆ ਵੀ ਲੀਡਰਲੈਸ ਸੀ ਕੌਮ, ਤੇ ਹੁਣ ਵੀ ਅਸੀਂ 2019 ਦੇ ਵਿੱਚ ਵੀ ਹਾਲਾਤ ਉਹੀ ਨੇ। ਪਰ ਆਪਾਂ ਇੱਕ ਵਿਚਾਰ ਦੇ ਰਹੇ ਹਾਂ ਇਸ ਕਿਤਾਬ ਦੇ ਨਾਲ ਰਿਲੇਟਡ, ਮੈਂ ਤੁਹਾਨੂੰ ਇਸ ਕਿਤਾਬ ਦੀਆਂ ਇਹ ਸਾਰੀਆਂ ਕਹਾਣੀਆਂ ਦੱਸ ਰਹੇ, ਇਹ ਸਾਰੀਆਂ ਮੇਰੀਆਂ ਅੰਕਿਤ ਕੀਤੀਆਂ ਨੇ ਜੀ। ਹੁਣ ਅਰਥ ਸ਼ਾਸਤਰ ਆ ਜਿਹੜਾ ਉਹਨਾਂ ਦੀ ਪੋਲਿਟੀ ਦਾ ਬੇਸ ਆ, ਕਿਸ ਤਰੀਕੇ ਨਾਲ ਉਹਨਾਂ ਨੇ ਰਾਜ ਕਰਨਾ, ਰਾਜ ਦਾ ਸੰਕਲਪ ਆ। ਤਾਂ ਉਸ ਰਾਜ ਦੇ ਸੰਕਲਪ ਦੇ ਵਿੱਚ ਉਹ ਕਹਿੰਦੇ ਆ, ਜਿਹੜਾ ਇਹਦਾ ਔਥਰ ਆ ਕੁਟਲਿਆ, ਉਹਦਾ ਨਾਮ ਕੁਟਲਿਆ, ਹਾਂਜੀ, ਉਹਦੇ ਮਤਲਬ ਕੁਟਲਿਆ ਇਹ ਕਹਿੰਦਾ ਵੀ ਜੇ ਤੁਸੀਂ ਕੋਈ ਕੰਮ ਕਰਨਾ, ਆਪਣਾ ਓਬਜੈਕਟਿਵ ਅਚੀਵ ਕਰਨਾ, ਏਮ ਅਚੀਵ ਕਰਨਾ, ਆਪਣਾ ਗੋਲ ਅਚੀਵ ਕਰਨਾ, ਤਾਂ ਤੁਸੀਂ ਮੀਨਸ ਦੀ ਕੋਈ ਪਰਵਾਹ ਨਹੀਂ ਕਰਨੀ, ਮੀਨਸ ਵਿਲ ਜਸਟੀਫਾਈ ਯੋਰ ਐਂਡਸ। ਮਤਲਬ ਇਹ ਆ ਵੀ ਚਾਹੇ ਤੁਸੀਂ ਕਿਸੇ ਨਾਲ ਧੋਖਾਦੇੜੀ ਕਰ ਲਓ, ਚਾਹੇ ਕਿਸੇ ਨੂੰ ਮਾਰ ਕੇ ਤੁਸੀਂ ਕੋਈ ਚੀਜ਼ ਉਸ ਤੋਂ ਖੋ ਲਓ, ਅਚੀਵ ਕਰ ਲਓ, ਕਿਸੇ ਨਾਲ ਕਿਸੇ ਨੂੰ ਫੱਟੜ ਕਰਕੇ ਕਰ ਲਓ, ਕਿਸੇ ਨਾਲ ਝੂਠ ਬੋਲ ਕੇ ਕਰ ਲਓ, ਕਿਸੇ ਨਾਲ ਬੇਈਮਾਨੀ ਕਰਕੇ ਕਰ ਲਓ, ਆਪਣਾ ਕੰਮ ਕੱਢ ਲਓ, ਪੰਜਾਬੀ 'ਚ ਕਹਿੰਦੇ ਕੰਮ ਕੱਢ ਲਓ। ਤਾਂ ਗੁਰੂ ਕਹਿ ਰਿਹਾ ਨਹੀਂ, ਐਂਡਸ ਵਿਲ ਜਸਟੀਫਾਈ ਦੀ ਮੀਨਸ, ਜਿਹੜੇ ਮੀਨਸ ਆ ਨਾ ਉਹ ਜਸਟੀਫਾਈ ਕਰਨਗੇ ਐਂਡਸ ਨੂੰ। ਗੁਰੂ ਇਹ ਕਹਿ ਰਿਹਾ ਮੀਨਸ ਤੁਹਾਡੇ ਜਸਟੀਫਾਈ ਕਰਨਗੇ ਐਂਡਸ, ਉਹ ਗਾਂਧੀ ਕਹਿ ਰਿਹਾ ਐਂਡਸ ਵਿਲ ਜਸਟੀਫਾਈ ਦੀ ਮੀਨਸ। ਕਿਸ ਕਿਸਮ ਦੇ ਤੁਸੀਂ ਗੁਰੂ ਕਹਿ ਰਿਹਾ, ਕਿਸ ਕਿਸਮ ਦੇ ਮੀਨਸ ਅਡੋਪਟ ਕੀਤੇ ਆ, ਕਿਹੜੇ ਸਾਧਨ ਤੁਸੀਂ ਅਡੋਪਟ ਕੀਤੇ ਆ, ਕਿਸੇ ਨਾਲ ਧੋਖਾ ਤਾਂ ਨਹੀਂ ਕੀਤਾ, ਕਿਸੇ ਨਾਲ ਝੂਠ ਤਾਂ ਨਹੀਂ ਬੋਲਿਆ, ਸੱਚ ਦੀ ਗੱਲ ਵਾਰ 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 ਗੁਰੂ ਕਰ, ਸੱਚ ਕਹਿਣ ਨੂੰ ਨਹੀਂ, ਸੱਚ ਤੋਂ ਉੱਤੇ ਸੱਚ ਆਚਾਰ ਹੈ ਗੁਰੂ ਲਈ, ਟਰੁੱਥ ਇਜ਼ ਹਾਇਰ ਸਟਿਲ ਹਾਇਰ ਇਜ਼ ਟਰੁੱਥ ਫੁੱਲ ਲਿਵਿੰਗ। ਤੋ ਗੁਰੂ ਇਹ ਕਹਿ ਰਿਹਾ ਆਦਮੀ ਨੂੰ
ਵੀ ਸੱਚੇ ਮਾਰਗ 'ਤੇ ਚੱਲ ਕੇ ਆਪਣਾ ਤੂੰ ਜਿਹੜਾ ਐਂਡ ਆ ਉਹ ਅਚੀਵ ਕਰਨਾ। ਸਮਝੇ ਕਿ ਨਹੀਂ? ਤਾਂ ਗਾਂਧੀ ਕਹਿ ਰਿਹਾ ਐਂਡਸ, ਤੁਸੀਂ ਅਰਥ ਸ਼ਾਸਤਰ ਕਹਿ ਰਿਹਾ ਐਂਡਸ ਅਚੀਵ ਕਰ ਲਓ, ਆਪਣੇ ਆਪ ਮੀਨਸ ਜਸਟੀਫਾਈ ਹੋ ਜਾਣਗੇ। ਬਹੁਤ ਫਰਕ ਆ ਸਾਡਾ ਅਤੇ ਉਹਨਾਂ ਦਾ ਆਊਟਲੁੱਕ ਦਾ ਫਰਕ ਆ। ਅਰਥ ਸ਼ਾਸਤਰ ਨੇ ਉਹਨਾਂ ਦੀ ਜਿਹੜੀ ਗਵਰਨੈਂਸ ਦੀ ਪੋਲਿਸੀ ਆ ਉਸ ਨੂੰ, ਮਤਲਬ ਉਹ ਉਹਨਾਂ ਦਾ ਆਧਾਰ ਆ। ਮਨੁਸਮ੍ਰਿਤੀ ਉਹਨਾਂ ਦੇ ਸਮਾਜ ਦਾ ਆਧਾਰ ਆ। ਸਮਾਜ ਦੀ ਬਣਤਰ ਕਿਸ ਹਿਸਾਬ ਨਾਲ ਬਣਨੀ ਘੜਨੀ ਘੜਨੀ ਹੈ ਤੁਸੀਂ, ਉੱਥੇ ਬ੍ਰਾਹਮਣ ਦੀ ਸੁਪਰੀਮੇਸੀ ਹੈ। ਹੁਣ ਦੇਖੋ ਜੀ ਕੀ ਕੀਤਾ 1947 ਤੋਂ ਬਾਅਦ, ਦਿੱਲੀ ਆ ਨਾ ਰਾਜਧਾਨੀ, ਦਿੱਲੀ ਦੇ ਉੱਤੇ ਜਿਹੜਾ ਜਦੋਂ ਤੁਸੀਂ ਜਾਂਦੇ ਹੋ ਐਮਬੈਸੀ 'ਚੋਂ, ਕਿਹੜੇ ਰਸਤੇ 'ਚ ਦੀ ਜਾਂਦੇ? ਕਈ ਰਸਤੇ ਨੇ, ਜਿਹੜਾ ਮੇਨ ਰਸਤਾ ਕੁਟਲਿਆ ਮਾਰਗ ਆ। ਕੁਟਲਿਆ ਮਾਰਗ ਹੈਗਾ? ਹਾਂ ਹੈ ਨਹੀਂ ਹੈਗਾ। ਤੋਂ ਕੁਟਲਿਆ ਚਨਕਿਆ ਦਾ ਦੂਜਾ ਨਾਂ ਆ। ਅੱਛਾ ਜੀ। ਹਾਂ ਇਹ ਬੜੀ ਇੰਟਰਸਟਿੰਗ ਗੱਲ, ਕੁਟਲਿਆ ਚਨਕਿਆ ਦਾ ਦੂਜਾ ਨਾਂ ਆ। ਕੁਟਲਿਆ ਮਾਰਗ 'ਤੇ ਚੱਲ ਕੇ ਤੁਸੀਂ ਪਹੁੰਚਣਾ ਕਿੱਥੇ ਆ? ਚਨਕਿਆਪੁਰੀ ਪਹੁੰਚਣਾ। ਹਾਂ ਚਨਕਿਆਪੁਰੀ ਆ ਜਿਹੜੀ, ਉਹਦਾ ਪਹਿਲਾ ਨਾਂ ਸੀ ਅੰਗਰੇਜ਼ਾਂ ਡਿਪਲੋਮੈਟਿਕ ਐਨਕਲੇਵ, ਜਿੱਥੇ ਅੰਬੈਸੀਆਂ ਹੁੰਦੀਆਂ। ਕੁਟਲਿਆ ਮਾਰਗ 'ਤੇ ਚੱਲ ਕੇ ਤੁਸੀਂ ਚਨਕਿਆਪੁਰੀ ਪਹੁੰਚਣਾ, ਜਿੱਥੇ ਅੰਬੈਸੀਆਂ, ਔਰ ਅੰਬੈਸੀਆਂ ਦੇ ਵਿੱਚ ਰਹਿ ਕੇ ਤੁਸੀਂ ਚੀਟਿੰਗ ਕਰਨੀ ਆ, ਕਿਸੇ ਤਰੀਕੇ ਨਾਲ ਧੋਖੇਦੜੀ ਕਰਨੀ ਆ, ਹੇਰਾ ਫੇਰੀਆਂ ਕਰਨੀਆਂ, ਠੱਗੀਆਂ ਠੋਰੀਆਂ ਮੁਲਕਾਂ ਦੇ ਨਾਲ ਕਿਸ ਤਰ੍ਹਾਂ ਤੁਸੀਂ ਡੀਲ ਕਰੋ, ਉਹ ਅਰਥ ਸ਼ਾਸਤਰ। ਦੇਖੋ ਕਿਸੇ ਨੂੰ ਨਹੀਂ ਪਤਾ ਇਸ ਗੱਲ ਦਾ, ਇਹ ਪਹਿਲੀ ਵਾਰ ਮੈਂ ਆਪਣੀ ਕਿਤਾਬ 'ਚ ਇਹ ਚੀਜ਼ ਡਿਸਕਵਰ ਕਰਕੇ ਲਿਖੀ। ਨਾਂ ਬਦਲ ਲਿਖੀ ਹੈ, ਪਹਿਲਾਂ ਡਿਪਲੋਮੈਟਿਕ ਇਨਕਲੇਵ ਸੀ ਉਹਦਾ ਨਾਂ ਚਨਕਿਆਪੁਰੀ ਦਾ, ਜਿੱਥੇ ਸਾਰੀਆਂ ਅੰਬੈਸੀਆਂ, ਤੁਸੀਂ ਵੀ ਠੀਕ ਹੈ ਜੀ, ਬਿਲਕੁਲ ਜੀ ਬਿਲਕੁਲ, ਸਾਰੀ ਦੁਨੀਆ ਜਾਣਦੀ ਅੱਜ ਉਹਨੂੰ ਚਨਕਿਆਪੁਰੀ। ਅਤੇ ਮੇਨ ਜਿਹੜਾ ਰਸਤਾ ਹੈ, ਹੁਣ ਤਾਂ ਹੋਰ ਸ਼ਾਇਦ ਹੋਰ ਰਸਤੇ ਵੀ ਬਣ ਗਏ ਹੁਣ, ਪਰ ਕੁਟਲਿਆ ਮਾਰਗ 'ਤੇ ਜਾ ਕੇ ਉੱਥੇ ਪਹੁੰਚਿਆ ਜਾਂਦਾ। ਉਹ ਇੰਡੀਕੇਸ਼ਨ ਦੇ ਰਿਹਾ ਜਿਹੜਾ ਹਿੰਦੁਸਤਾਨ ਦੀ ਸਿਆਸਤ ਦਾ ਘਾੜਾ ਹੈਗਾ, ਉਹ ਇੱਕ ਮੈਸੇਜ ਦੇ ਰਿਹਾ ਕਿ ਕੁਟਲਿਆ ਮਾਰਗ 'ਤੇ ਚੱਲ ਕੇ ਹੀ ਤੂੰ ਚਨਕਿਆਪੁਰੀ ਪਹੁੰਚੇਗਾ, ਔਰ ਤੂੰ ਅਰਥ ਸ਼ਾਸਤਰ ਦਾ ਇੰਪਲੀਮੈਂਟ ਕਰੇਗਾ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ, ਜਦੋਂ ਦੂਸਰੇ ਮੁਲਕਾਂ ਨਾਲ ਜਾਂ ਹਿੰਦੁਸਤਾਨ ਦੇ ਵਿੱਚ ਲੋਕਾਂ ਨਾਲ ਟ੍ਰੀਟ ਕਰਨਾ। ਹੁਣ ਜੇ ਕਿਸੇ ਬੰਦੇ ਨੂੰ ਆਪਾਂ ਸਵਾਲ ਕਰੀਏ ਵੀ ਅਰਥ ਸ਼ਾਸਤਰ ਹੈ ਕੀ ਚੀਜ਼, ਉਹਨੇ ਫਰਜ਼ ਕੇ ਵਿਚਾਰੇ ਨੇ ਨਹੀਂ ਪੜ੍ਹਿਆ, ਉਹ ਆਪ ਹੀ ਜਿਹੜਾ ਕੁਟਲਿਆ ਹੈ ਨਾ ਅਰਥ ਸ਼ਾਸਤਰ ਦਾ ਜਿਹੜਾ ਔਥਰ ਆ ਉਹ ਦੱਸ ਰਿਹਾ, ਉਹ ਕਹਿੰਦਾ ਇਹ ਹੈ ਫਿਸ਼ ਕਲਚਰ, ਇਹ ਕੁਛ ਵੀ ਨਹੀਂ ਹੈ, ਫਿਸ਼ ਕਲਚਰ ਆ। ਫਿਸ਼ ਕਲਚਰ ਕੀ ਚੀਜ਼ ਆ? ਫਿਸ਼ ਕਲਚਰ ਆ ਵੱਡੀ ਮੱਛੀ ਨੇ ਛੋਟੀ ਮੱਛੀ ਨੂੰ ਖਾ ਕੇ ਜਿਉਣਾ। ਬਿਲਕੁਲ। ਤੋ ਇਸ ਕਰਕੇ ਹਿੰਦੂ ਵੱਡੀ ਮੱਛੀ ਆ, ਆ ਛੋਟੀਆਂ ਛੋਟੀਆਂ ਮੱਛੀਆਂ ਮੁਸਲਮਾਨ ਆ, ਸਿੱਖ ਆ, ਈਸਾਈ ਆ, ਬੋਧੀ ਆ, ਜੈਨੀ ਆ, ਬੈਠੇ ਆ, ਦਲਿਤ ਵਰਗ ਆ, ਇਹਨੂੰ ਖਤਮ ਕਰਨਾ ਉਹਨਾਂ ਨੇ। ਓਕੇ, ਤਾਂ ਉਹ ਜੀਵਤ ਹੈ, ਉਹ ਜਿਉਂਦਾ ਰਹੇਗਾ, ਉਹ ਦੁੱਧ ਜਿਉਂਦਾ ਹੀ ਰਹੇਗਾ। ਉਸੇ ਮਾਰ ਦੇ ਵਿੱਚ ਹੀ 84 ਆ ਜਾਂਦੀ ਹੈ, ਉਹ ਪਾਰਟ ਆ ਉਸਦਾ, ਉਹ ਪਾਰਟ ਆ ਉਸਦਾ, ਕਿਉਂਕਿ ਉਹ ਇੱਕ ਐਸੀ ਕੜੀ ਹੈ ਜਿਹੜੀ ਤੋੜਨੀ ਪੈਣੀ ਹੈ। ਸਿੱਖ ਨੂੰ ਸਿੱਖੀ ਨਾਲੋਂ ਤੋੜਨਾ, ਉਹ ਜਿੰਨੀ ਦੇਰ ਟੁੱਟੇਗਾ ਨਹੀਂ, ਇਹ ਜਿਹੜਾ ਹੈਗੀ ਆ ਅਰਥ ਸ਼ਾਸਤਰ ਦੀ ਮੰਜ਼ਿਲ, ਤੁਸੀਂ ਪਹੁੰਚ ਨਹੀਂ ਸਕਦੇ ਉਹਦੇ ਵਿੱਚ, ਅੜਿੱਕਾ ਹੋ। ਜੀ 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 ਜੀ, ਸਮਝ ਗਏ ਕਿ ਨਹੀਂ? ਮੇਨ ਇਹ ਚੀਜ਼ ਆ ਵੀ ਜੀ, ਬਹੁਤ ਸੁੰਦਰ ਢੰਗ ਦੇ ਨਾਲ ਜਿਵੇਂ ਤੁਸੀਂ ਬਰੀਕੀ ਦੇ ਵਿੱਚ ਜਾ ਕੇ, ਔਰ ਕਿਵੇਂ ਉਹ ਕੁਟਲਿਆ ਮਾਰਗ ਅਤੇ ਚਾਣਕਪੁਰੀ ਦਾ ਪੂਰਾ ਚੋਣ ਚਕਰਾਤਾ, ਇਹ ਪੂਰਾ ਮਾਮਲੇ ਦੀ ਜਾਣਕਾਰੀ ਲਵਾਂਗੇ, ਪਰ ਇਹਦਾ ਥੋੜਾ ਜਿਹਾ ਪਿਛੋਕੜ ਵਿੱਚ ਜਿਵੇਂ ਤੁਸੀਂ ਜਾਂਦੇ ਹੋ, ਇਹ ਤੁਸੀਂ ਆਪਣਾ ਇਹੀ ਅੰਦਾਜ਼ ਜਿਹੜਾ ਆਪਣਾ ਰੱਖਣਾ, ਤਾਂ ਕਿ ਅਸੀਂ ਸਿੱਖ ਸੰਗਤ ਨੂੰ ਇੱਕ ਵਿਜ਼ਨ ਵੀ ਦੇ ਸਕੀਏ। ਦਿਲ ਦੀਆਂ ਗਹਿਰਾਈਆਂ ਤੋਂ ਵਿੱਚ ਤੁਹਾਡਾ ਧੰਨਵਾਦ ਕਰਦੇ ਹਾਂ। ਸੋ ਦਰਸ਼ਕੋ, ਇਹ ਸਨ ਮੇਰੇ ਨਾਲ ਅਤੀ ਸਤਿਕਾਰਯੋਗ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨੇ ਬੜੇ ਸੁੰਦਰ ਢੰਗ ਔਰ ਬਰੀਕੀ ਦੇ ਨਾਲ ਦੱਸਿਆ ਵੀ 84 ਅਸਲ ਦੇ ਵਿੱਚ ਹੈ ਕੀ ਸੀ। ਜਿਵੇਂ ਇਹਨਾਂ ਨੇ ਦੱਸਿਆ ਕੀ ਹੈ ਕਿ ਬੀਬੀ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਵੀ 84 ਨੂੰ ਬਿਆਨ ਕਰੋ, ਕਹਿੰਦੀ ਕਿ ਜਿਵੇਂ ਸ਼ਰੇ ਬਾਜ਼ਾਰ ਮੈਨੂੰ ਨਗਨ ਕਰਕੇ ਮੇਰਾ ਰੇਪ ਹੁੰਦਾ ਹੋਵੇ, ਕਹਿੰਦੀ ਬਸ ਉਸੇ ਤਰ੍ਹਾਂ ਇੱਕ 84 ਹੈ। ਹੁਣ ਇਸ ਤੋਂ ਅੱਗੇ ਪੇਸ਼ ਕਰਨਾ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਵੇਗਾ। ਸੋ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਲੰਮਾ ਸਮਾਂ ਸਾਡੇ ਨਾਲ ਰਹਿਣਗੇ,
अकाल चैनल दे स्टूडियो दे विचों असी ये बरीकियां जिहड़ियां ने जिहड़ियां उन्हां दा ट्रुथ अबाउट पंजाब किताब नहीं मिलदी वो जिहड़ियां किताबां ने जिवें आनंदपुर दा मता नहीं सी मिलदा असी उत्ते एपीसोड करके तुहाडी झोली पा दित्ता इसे तरह जिवें ट्रुथ अबाउट पंजाब नहीं सी मिलदा असी ये तुहाडी झोली इसे तरीके नाल पा रहे हां ताकि सिख संगत दा बच्चा बच्चा भी सुन सके सो अपने सेवक हरप्रीत सिंह मखरू दिओ इजाजत अगले एपीसोड दे विच मिलदे हां दिओ इजाजत वाहिगुरू जी का खालसा वाहिगुरू जी की फतेह